ਬਾਈ ਮੇਰਾ ਨਾਮ ਗੁਰਦੀਪ ਸਿੰਘ ਆ, ਮੈਂ ਆਰਮੀ 'ਚ ਨੌਕਰੀ ਕਰਦਾ ਪਿਛਲੇ 24 ਸਾਲ ਤੋਂ। ਜਿਹੜੇ ਬਜ਼ੁਰਗ ਨੇ ਉਹਨਾਂ ਦਾ ਨਾਮ ਹੈ ਨੱਥਾ ਸਿੰਘ, ਉਹ ਮੇਰੇ ਫਾਦਰ ਨੇ ਜੀ। ਉਹਨਾਂ ਨੂੰ ਅੱਜ ਮੈਨੂੰ ਜਦੋਂ ਸਵੇਰੇ ਮੈਨੂੰ ਪਤਾ ਲੱਗਿਆ ਮੇਰੀ ਡਿਊਟੀ ਜਲੰਧਰ ਆਈ, ਮੈਨੂੰ ਜਿਵੇਂ ਪਤਾ ਲੱਗਿਆ ਮੈਂ ਆਪਣੀ ਡਿਊਟੀ ਤੋਂ ਛੁੱਟੀ ਲੈ ਕੇ ਮੈਂ ਆਪਣੇ ਘਰ ਪਹੁੰਚਿਆ। ਔਰ ਇਹ ਜਿਹੜੇ ਬੰਦਿਆਂ ਨੇ ਧਮਕਾਇਆ ਜਾਇਆ ਸੀ ਮੇਰੇ ਫਾਦਰ ਨੂੰ, ਉਹ ਇਹਨਾਂ ਬੰਦਿਆਂ ਦਾ ਨਾਮ ਹੈ ਕਾਲਾ ਸਿੰਘ, ਸਨ ਆਫ ਲਕਸ਼ਮਣ ਸਿੰਘ, ਸਨ ਆਫ ਅਜੀਤ ਸਿੰਘ ਸਫੇਕਾ, ਗੀਤਾ ਰਾਣੀ ਵਾਈਫ ਆਫ ਮੱਖਣ ਲਾਲ, ਗੁਰਪ੍ਰੀਤ ਸਿੰਘ ਸਨ ਆਫ ਸੁਖਵਿੰਦਰ ਸਿੰਘ, ਨੀਲਮ ਕੌਰ ਵਾਈਫ ਆਫ ਨਰਿੰਦਰ ਸਿੰਘ, ਨਰਿੰਦਰ ਸਿੰਘ ਸਨ ਆਫ ਜਗਦੇਵ ਸਿੰਘ, ਵਾਹਿਗੁਰੂ ਪਾਲ ਸਨ ਆਫ ਦਰਸ਼ਨ ਸਿੰਘ। ਇਹਨਾਂ ਦਾ ਇਹ ਜਿੰਨੇ ਮੈਂਬਰ ਨੇ ਜੀ, ਇਹਨਾਂ ਦਾ ਪਿੰਡ ਚੀਮਾ ਗਾ, ਇਹਨਾਂ ਵੱਲੋਂ ਮੇਰੇ ਫਾਦਰ ਨੂੰ ਧਮਕਾਇਆ ਜਾ ਰਿਹਾ ਸੀ। ਵੀ ਰੋਕ ਕੇ ਮੇਰੇ ਫਾਦਰ ਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੇਰੇ ਬੇਟੇ ਨੂੰ ਨੌਕਰੀ 'ਚੋਂ ਬਰਖਾਸਤ ਕਰਾ ਦਾਂਗੇ, ਤੇਰੀ ਨੂੰਹ ਨੂੰ ਤੇਰੇ ਪਰਚਾ ਦਿਲਾ ਦਾਂਗੇ, ਅਸੀਂ ਤੁਹਾਡੇ ਘਰ ਨੂੰ ਬਰਬਾਦ ਕਰਨਾ, ਅਸੀਂ ਤੁਹਾਡੇ ਵਾਰ ਮੂਹਰੇ ਧਰਨਾ ਵੀ ਦੇਵਾਂਗੇ। ਇਹ ਮੈਟਰ ਜੀ ਕੋਈ ਇਹਨਾਂ ਦਾ ਲੇਡੀਜ਼ ਦਾ ਆਪਸ ਵਿੱਚ ਚੱਲਦਾ ਸੀ, ਕਮੇਟੀਆਂ ਦਾ ਚੱਲਦਾ ਸੀ। ਇਹ ਮੈਂਬਰ ਨੇ ਜਿਹੜੇ ਕਮੇਟੀਆਂ ਲੈ ਗਏ ਚੱਕ ਕੇ, ਔਰ ਬਾਅਦ 'ਚ ਸਾਡੇ ਤੋਂ ਹੋਰ ਪੈਸੇ ਮੰਗ ਰਹੇ ਸੀ ਔਰ ਸਾਨੂੰ ਦਵਾ ਰਹੇ ਸੀਗੇ ਵੀ ਸਾਨੂੰ ਹੋਰ ਪੈਸੇ ਦਿੱਤੇ ਜਾਣ। ਇਹ ਕਮੇਟੀਆਂ ਚੱਕ ਕੇ ਮੁੱਕਰ ਗਏ ਸੀ ਸਾਡੇ ਕੋਲ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਚਾਹੁੰਦੇ ਹਾਂ ਜੀ, ਸਾਨੂੰ ਇਨਸਾਫ ਮਿਲੇ, ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ। ਬਾਕੀ ਹੁਣ ਮੇਰੇ ਫਾਦਰ ਦੀ
ਜਿਹੜੀ ਡੈਡ ਬੋਡੀ ਹੈ ਜੀ ਉਹ ਸਿਵਲ ਹੋਸਪਿਟਲ ਬਰਨਾਲਾ ਦੇ ਵਿੱਚ ਉਹਦੇ ਪੋਸਟਮਾਰਟਮ ਹੋ ਰਿਹਾ ਹੈਗਾ, ਔਰ ਪ੍ਰਸ਼ਾਸਨ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਮੇਰਾ ਬਿਆਨ ਲਿਖ ਲਿਆ ਅਤੇ ਮੈਨੂੰ ਉਮੀਦ ਹੈ ਜੀ ਉਹ 'ਤੇ ਕਾਰਵਾਈ ਕਰਨਾ। ਨਾਮ ਵੀ ਬਲਵਿੰਦਰ ਸਿੰਘ ਆ, ਅਤੇ ਜਿਹੜੇ ਆਪਣੇ ਬਜ਼ੁਰਗਾਂ ਦੇ ਸੂਸਾਈਡ ਕੀਤਾ ਉਹਨਾਂ ਨੱਥਾ ਸਿੰਘ ਆ, ਉਹਨਾਂ ਦੇ ਨਾ ਨੂੰਹ ਵੱਲੋਂ ਕਮੇਟੀਆਂ ਦਾ ਉਹ ਸੀ ਲੈਣ ਦੇਣ ਕੋਈ, ਅਤੇ ਜਿਨ੍ਹਾਂ ਵਿੱਚ ਇਹ ਦੋਸ਼ੀ ਸੀ ਜਿਹੜੇ ਉਕਤ, ਇਹਨਾਂ ਵੱਲੋਂ ਨਜਾਇਜ਼ ਤੰਗ ਪਛਾਣ ਕਰਿਆ ਜਾਂਦਾ ਸੀ, ਕਿਹਾ ਜਾਂਦਾ ਸੀ ਕਿ ਉਹਨਾਂ ਬੇਟਾ ਆਰਮੀ 'ਚ ਆ ਵੀ ਤੇਰੇ ਬੇਟੇ ਨੂੰ ਅਸੀਂ ਨੌਕਰੀ ਤੋਂ ਲਹਾ ਦਾਂਗੇ, ਅਤੇ ਇਸ ਕਰਕੇ ਉਹ ਡਿਪਰੈਸ਼ਨ 'ਚ ਹੋ ਗਿਆ, ਜਿਸ ਕਰਕੇ ਉਹਨਾਂ ਨੇ ਸੁਸਾਈਡ ਕਰ ਲਿਆ। ਡਰਾਇਆ ਧਮਕਾਇਆ ਜਾ ਰਿਹਾ ਜ਼ਿਆਦਾ, ਪਰਿਵਾਰ ਨੂੰ ਤੌਰ 'ਚ ਬਹੁਤ ਜ਼ਿਆਦਾ ਕਰਿਆ ਜਾ ਰਿਹਾ ਸੀ। ਅਤੇ ਹੁਣ ਕਿਆ ਡੈਡ ਬੋਡੀ ਕਿੱਥੇ ਰੱਖੀ ਗਈ, ਕੀ ਕਾਰਵਾਈ ਹੋ ਰਹੀ ਹੈ ਪੁਲਿਸ ਵੱਲੋਂ? ਡੈਡ ਬੋਡੀ ਜਿੱਥੇ ਆਪਾਂ ਨੇ ਰੱਖੀ ਹੈ ਮੋਰਚੇ ਦੀ, ਅਤੇ ਕਾਰਵਾਈ ਪੁਲਿਸ ਆਪਣੀ ਕਰ ਰਹੀ ਆ ਤਫਤੀਸ਼। ਮੈਂ ਬਲਜਿੰਦਰ ਸਿੰਘ ਚੌਂਕੀ ਇੰਚਾਰਜ ਪੱਖੋਂ ਕੈਂਚੀ ਹਾਂ। ਅੱਜ ਸੁਬਹ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਨੱਥਾ ਸਿੰਘ ਪੁੱਤਰ ਮੱਲ ਸਿੰਘ ਵਾਸੀ ਚੀਮਾ ਨੇ 10-11 ਦੀ ਦਰਮਿਆਨੀ ਰਾਤ ਨੂੰ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ, ਜਿਸਦੇ ਸੰਬੰਧ ਵਿੱਚ ਕਾਰਵਾਈ ਅਮਲ ਵਿੱਚ ਲਿਆਉਂਦੇ ਹਾਂ। ਹਸਪਤਾਲ ਵਿਖੇ ਪੁੱਜ ਕੇ ਉਹਨਾਂ ਦੇ ਲੜਕੇ ਗੁਰਦੀਪ ਸਿੰਘ ਦਾ ਬਿਆਨ ਲਿਖ ਕੇ ਟ੍ਰੀਟਮੈਂਟ ਰਿਕਾਰਡ ਕਰ ਲਈ ਹੈ, ਜਿਹਦੇ ਮੁਤਾਬਕ 306 IPC ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ, ਅਤੇ ਫਿਰ ਵੀ ਜਿਹੜੀ ਇਹਦੀ ਪੋਸਟਮਾਰਟਮ ਕਰਾ ਕੇ ਜਿਹੜੀ ਲਾਸ਼ਾਂ ਵਾਰਸਾਂ ਦੇ ਹਵਾਲੇ ਕੀਤੇ ਜਾਊਗੀ। ਉਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਤਫਤੀਸ਼ ਅਮਲ ਵਿੱਚ ਲਿਆਉਂਦੀ ਜਾਊਗੀ। ਫਿਲਹਾਲ ਜਿਹੜੀ ਮਦਈ ਦੀ ਸਟੇਟਮੈਂਟ ਆ ਉਹਦੇ ਮੁਤਾਬਕ 6 ਜਣਿਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ, ਫਿਰ ਵੀ ਤਫਤੀਸ਼ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਹਨੂੰ ਸਫਾ ਮਹਿਸਲ 'ਤੇ ਲਿਆਂਦਾ ਜਾਊਗਾ।